ਭਿਆਨਕ ਅੱਗ ਦੀ ਲਪੇਟ 'ਚ ਆਇਆ ਇਹ ਵੀਡੀਓ ਜਲੰਧਰ ਦੇ ਲਾਲ ਰਤਨ ਸਿਨੇਮਾ ਨੇੜੇ ਪੈਂਦੀ ਇੱਕ ਗਲੀ 'ਚ ਫਰਨੀਚਰ ਦੇ ਗੋਦਾਮ ਦੀਆਂ ਹਨ। ਅਚਾਨਕ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਤੋਂ ਬਾਅਦ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਆ ਕੇ 2 ਘੰਟੇ ਬਾਅਦ ਅੱਗ ਤੇ ਕਾਬੂ ਪਾ ਲਿਆ। 4:30 ਵਜੇ ਨਾਲ ਫੋਨ ਆਇਆ ਕਿ ਕਪੂਰਥਲਾ ਚੌਂਕ ਲਾਲ ਰਤਨ ਦੇ ਲੱਗੇ ਅੱਗ ਲੱਗੀ ਆ, ਤੇ ਅਸੀਂ ਫੌਰਨ ਫਾਇਰ ਟੈਂਡਰ ਲੈ ਕੇ ਅੱਗ ਬੁਝਾਉਣ ਵਾਸਤੇ ਆ ਗਏ। ਆ ਕੇ ਮੌਕੇ 'ਤੇ ਦੇਖਿਆ ਕਿ ਅੱਗ ਬਹੁਤ ਜ਼ਿਆਦਾ ਸੀ ਅਤੇ ਅੱਗ ਨੂੰ ਕੰਟਰੋਲ ਕਰ ਲਿਆ ਗਿਆ। 1-2 ਘੰਟੇ ਦੇ ਵਿੱਚ ਅੱਗ ਨੂੰ ਕੰਟਰੋਲ ਕਰ ਲਿਆ ਗੱਡੀਆਂ ਜੀ ਕਿੰਨੀਆਂ ਗੱਡੀਆਂ ਜੀ ਗੱਡੀਆਂ 7-8 ਗੱਡੀਆਂ ਲੱਗ ਗਈਆਂ ਜੀ। ਹਾਲਾਂਕਿ ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਤੇ ਅੱਗ ਲੱਗਣ ਨਾਲ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੇ ਬਾਅਦ ਹੀ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਇਆ ਜਾ ਸਕੇਗਾ। ਜਲੰਧਰ ਤੋਂ ਵਰਿੰਦਰ ਸਿੰਘ, ਜੀਵੇ ਪੰਜਾਬ ਟੀਵੀ।